ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਪੰਜਾਬ 'ਚ ਮੁਫਤ ਰਾਸ਼ਨ ਲੈ ਰਹੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਖਬਰ। ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਕੇਂਦਰੀ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਦਾ ਵੱਡਾ ਬਿਆਨ। ਕਿਹਾ, ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਤੋੜਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਜਲੰਧਰ ਜ਼ਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ ਵਿਰੋਧੀਆਂ 'ਤੇ ਭੜਕੇ ਸੀਐਮ ਭਗਵੰਤ ਮਾਨ ਬਣਾਈ ਰੇਲ। ਬਿਕਰਮ ਸਿੰਘ ਮਜੀਠੀਆ ਬਾਰੇ ਹਾਈਕੋਰਟ ਤੋਂ ਆਈ ਵੱਡੀ ਖਬਰ। ਪੰਜਾਬ ਸਰਕਾਰ ਨੇ ਸੰਮਨ ਲਈ ਵਾਪਸ। ਵਿਜੀਲੈਂਸ ਵਿਰੁੱਧ ਵੱਡੀ ਕਾਰਵਾਈ। ਪੰਚਾਇਤੀ ਫੰਡਾਂ 'ਚ ਘਪਲਾ ਕਰਨ ਦੇ ਦੋਸ਼ ਹੇਠ ਪੰਚਾਇਤ ਸਕੱਤਰ ਅਤੇ ਸਾਬਕਾ ਸਰਪੰਚ ਕੀਤਾ ਕਾਬੂ। ਮੌਸਮ ਵਿਭਾਗ ਵੱਲੋਂ 4 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ। ਕਈ ਥਾਈਂ ਛਾਏ ਰਹਿਣਗੇ ਬੱਦਲ। ਸੁਖਬੀਰ ਸਿੰਘ ਬਾਦਲ ਨੇ ਘੇਰੀ ਮਾਨ ਸਰਕਾਰ। ਕਿਹਾ, ਅਰਥਚਾਰੇ ਨੂੰ ਤਬਾਹ ਕਰਨਾ ਬੰਦ ਕਰਨ ਮੁੱਖ ਮੰਤਰੀ ਭਗਵੰਤ ਮਾਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਮੁਫ਼ਤ ਰਾਸ਼ਨ ਲੈ ਰਹੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ। ਉਹਨਾਂ ਨੇ ਕਿਹਾ ਕਿ ਹੁਣ ਰਾਸ਼ਨ ਲਈ ਅਸੀਂ 4 ਮਹੀਨੇ ਕਰ ਦਿੱਤੇ ਹਨ। 1 ਜੁਲਾਈ ਤੋਂ ਨਵੀਂ ਸਕੀਮ ਸ਼ੁਰੂ ਹੋ ਗਈ ਹੈ। ਹੁਣ 4 ਮਹੀਨਿਆਂ ਦੀ ਇਕੱਠੀ ਕਣਕ ਮਿਲਿਆ ਕਰੇਗੀ ਅਤੇ ਜੇ ਇੱਕ ਘਰ ਵਿੱਚ 5 ਜੀ ਹਨ ਤਾਂ ਉਹਨਾਂ ਨੂੰ 1 ਕੁਇੰਟਲ ਕਣਕ ਮਿਲੇਗੀ ਅਤੇ ਕਣਕ ਵੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਨਹੀਂ ਹੋਵੇਗੀ। ਜਿਹੜੀ ਕਣਕ ਦਾ ਆਟਾ ਭਗਵੰਤ ਮਾਨ ਖਾਂਦਾ ਹੈ ਉਹੀ ਮਿਲੇਗੀ। ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਇੱਛਾ ਵਿੱਚ ਬਦਲਣਾ ਚਾਹੁੰਦਾ ਹਾਂ। ਅੱਜ ਲੋਕ ਪੜ੍ਹਾਈ ਲਈ ਪ੍ਰਾਈਵੇਟ ਸਕੂਲਾਂ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹਨ, ਪਰ ਮੈਂ ਪੰਜਾਬ ਦੇ ਲੋਕਾਂ ਦੀ ਇਸ ਬੇਵਸੀ ਨੂੰ ਦੂਰ ਕਰਨ ਲਈ ਕੰਮ ਕਰ ਰਿਹਾ। ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਉੱਗੇ ਸਕੂਲਾਂ ਵਿੱਚ ਬਦਲ ਰਹੇ ਹਾਂ ਜਿੱਥੇ ਗਰੀਬਾਂ ਦੇ ਬੱਚੇ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰਨਗੇ। ਇਸੇ ਤਰ੍ਹਾਂ ਅਸੀਂ ਵੱਖ ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਖੋਲ੍ਹ ਰਹੇ ਹਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਕਰ ਰਹੇ ਹਾਂ ਤਾਂ ਜੋ ਲੋਕਾਂ ਦਾ ਵਧੀਆ ਅਤੇ ਮੁਫ਼ਤ ਇਲਾਜ ਹੋ ਸਕੇ। ਸੀਐਮ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਸਾਡੀ ਕਾਰਵਾਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭਾਰੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਸ ਲਈ ਤਿੰਨਾਂ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਮੈਨੂੰ ਹਰਾਉਣ ਲਈ ਇਕੱਠੇ ਹੋਏ ਹਨ ਕਿਉਂਕਿ ਤਿੰਨਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਤਿੰਨੇ ਪਾਰਟੀਆਂ ਆਪਸ ਵਿੱਚ ਸਮਝੌਤਾ ਕਰਕੇ 5 ਸਾਲ ਪੰਜਾਬ 'ਤੇ ਇੱਕ ਇੱਕ ਕਰਕੇ ਰਾਜ ਕਰਦੀਆਂ ਸਨ, ਪਰ ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਤੀਜਾ ਅਤੇ ਇਮਾਨਦਾਰ ਵਿਕਲਪ ਲੱਭ ਲਿਆ ਹੈ, ਜਿਸ ਕਰਕੇ ਉਹਨਾਂ ਦਾ ਫਾਰਮੂਲਾ ਫੇਲ ਹੋ ਗਿਆ ਹੈ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਕੇਂਦਰੀ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਅਤੇ ਉਹ ਅਜਿਹੇ ਲਫ਼ਜ਼ ਆਪਣੀ ਮਾਂ ਦੇ ਲਈ ਨਹੀਂ ਲਿਖ ਸਕਦੇ। ਰਾਜ ਮੰਤਰੀ ਰਮਨੀਤ ਬਿੱਟੂ ਨੇ ਕਿਹਾ ਕਿ ਕੁਝ ਦਿਨਾਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੇ ਸੰਸਦ ਵਜੋਂ ਸਹੁੰ ਚੁੱਕੀ ਹੈ। ਉਹ ਆਪਣੀ ਮਾਂ ਦੇ ਲਈ ਅਜਿਹੇ ਲਫ਼ਜ਼ਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਹਨ। ਕੁਝ ਲੋਕ ਉਹਨਾਂ ਦੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਅੰਮ੍ਰਿਤਪਾਲ ਸਿੰਘ ਅਤੇ ਰਾਜ ਮੰਤਰੀ ਰਮਨੀਤ ਬਿੱਟੂ ਨੇ ਕਿਹਾ ਕਿ ਜਦੋਂ ਦੇਸ਼ ਦੇ ਕਾਨੂੰਨ ਦੀ ਸਹੁੰ ਚੁੱਕ ਲਈ, ਸੰਵਿਧਾਨ ਦੀ ਸਹੁੰ ਚੁੱਕ ਲਈ ਤਾਂ ਉਹਨਾਂ ਦੀ ਮਾਤਾ ਜੀ ਨੇ ਇਹ ਬਿਆਨ ਦਿੱਤਾ ਹੈ। ਇਸ ਤੋਂ ਬਾਅਦ ਕਿਉਂ ਕੁਝ ਸ਼ਰਾਰਤੀ ਤਾਕਤਾਂ ਮੁੜ ਤੋਂ ਬਿਆਨ ਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਹਨ? MP ਵਜੋਂ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਨੇ ਸਹੁੰ ਚੁੱਕੀ ਸੀ ਅਤੇ ਉਸਨੇ ਕਿਹਾ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਹੈ ਅਤੇ ਦੇਸ਼ ਲਈ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਉਹ ਕਰੇਗਾ। ਉਸ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਨੇ ਵੀ ਇਹ ਗੱਲ ਆਖੀ ਹੈ, ਹੁਣ ਉਹਨਾਂ ਦੇ ਘਰ ਲੜਾਈ ਨਾ ਪਵਾਓ, ਜੋ ਵੀ ਕੁਝ ਹੋ ਰਿਹਾ ਉਹ ਬਹੁਤ ਹੀ ਵੱਡੀਆਂ ਸ਼ਰਾਰਤਾਂ ਹਨ। ਜਿਹੜੀਆਂ ਤਾਕਤਾਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਨਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ, ਹੁਣ ਉਹ ਉਹਨਾਂ ਦੇ ਪਰਿਵਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦਰਅਸਲ ਬੀਤੇ ਦਿਨੀ ਖਡੂਰ ਸਾਹਿਬ ਤੋਂ ਸਾਂਸਦ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਵੱਲੋਂ ਦਿੱਤੇ ਬਿਆਨ 'ਤੇ ਪੱਲਾ ਝਾੜ ਲਿਆ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਮਾਤਾ ਜੀ ਦੇ ਬਿਆਨ ਤੋਂ ਉਹਨਾਂ ਦਾ ਮਨ ਦੁਖੀ ਹੋਇਆ ਹੈ। ਉਹਨਾਂ ਨੇ ਅਣਜਾਣੇ ਵਿੱਚ ਅਜਿਹਾ ਬਿਆਨ ਦਿੱਤਾ ਹੈ, ਖਾਲਸਾ ਰਾਜ ਦਾ ਸੁਪਨਾ ਵੇਖਣਾ ਗੁਨਾਹ ਨਹੀਂ ਸਗੋਂ ਮਾਣ ਵਾਲੀ ਗੱਲ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੈਸ਼ ਹਲਕੇ 'ਤੇ
ਹੋਣ ਵਾਲੀ ਜ਼ਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ ਵਿਰੋਧੀਆਂ 'ਤੇ ਵੱਡੇ ਹਮਲੇ ਕੀਤੇ ਹਨ। CM ਮਾਨ ਨੇ ਕਿਹਾ ਕਿ ਰੱਬ ਨਹੀਂ ਚਾਹੁੰਦਾ ਸੀ ਕਿ ਗਲਤ ਬੰਦੇ ਇਸ ਸੀਟ 'ਤੇ ਵਿਧਾਇਕ ਰਹਿਣ, ਇਸ ਲਈ ਉਹਨਾਂ ਤੋਂ ਅਸਤੀਫਾ ਦਿਵਾਇਆ ਅਤੇ ਹੁਣ ਮਹਿੰਦਰ ਭਗਤੀਥੋਂ ਵਿਧਾਇਕ ਬਣ ਕੇ ਜਨਤਾ ਦੀ ਸੇਵਾ ਕਰਨਗੇ। CM ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਆਪਣਾ ਕੰਮ ਖਤਮ ਕਰਕੇ ਚਲੇ ਗਏ ਹਨ, ਪਰ ਮੇਰਾ ਕੰਮ ਖਤਮ ਨਹੀਂ ਹੋਇਆ ਹੈ। ਮੈਂ ਗਲੀ ਗਲੀ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਾਂਗਾ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋ ਗਈ ਸੀ ਕਿ ਅਸੀਂ ਗਲਤ ਬੰਦਿਆਂ ਨੂੰ ਟਿਕਟ ਦੇ ਦਿੱਤੀ ਹੈ, ਪਰ ਸਾਨੂੰ ਰੱਬ ਨੇ ਗਲਤੀ ਸੁਧਾਰਨ ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਜ਼ਬਾਤੀ ਅਤੇ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕ ਹਾਂ, ਸੱਟੇਬਾਜ਼ ਜਾਂ ਜੂਏਬਾਜ਼ ਨਹੀਂ ਹਾਂ। ਇਸ ਹਲਕੇ ਵਿੱਚ ਕੰਮ ਹੋ ਸਕਦੇ ਹਨ ਤਾਂ ਸਿਰਫ ਮਹਿੰਦਰ ਭਗਤ ਕਰਵਾ ਸਕਦੇ ਹਨ। CM ਮਾਨ ਨੇ ਕਾਂਗਰਸ ਦੀ ਉਮੀਦਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਰਿੰਦਰ ਕੌਰ ਡਿਪਟੀ ਮੇਅਰ ਹੁੰਦੇ ਸਮੇਂ ਹਲਕੇ ਵਿੱਚ ਸੀਵਰੇਜ ਦਾ ਇੱਕ ਢੱਕਣ ਤੱਕ ਨਹੀਂ ਬਦਲਵਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ SIT ਨੇ ਅੱਜ NDPS ਕੇਸ ਵਿੱਚ SIT ਵੱਲੋਂ ਭੇਜੇ ਸਮਨ ਨੂੰ ਵਾਪਿਸ ਲੈ ਲਿਆ ਹੈ। ਇਸ ਸੰਬੰਧੀ SIT ਨੇ ਹਾਈ ਕੋਰਟ ਨੂੰ ਵੀ ਸੂਚਿਤ ਕਰ ਦਿੱਤਾ ਹੈ। ਦੱਸ ਦਈਏ ਕਿ SIT ਨੇ NDPS ਕੇਸ ਵਿੱਚ ਮਜੀਠੀਆ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਸੰਮਨ ਭੇਜੇ ਸੀ। ਇਸ ਸੰਮਨ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਮਜੀਠੀਆ ਨੇ ਸੰਮਨ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਸੀਨੀਅਰ ਵਕੀਲ RS ਚੀਮਾ ਨੇ ਹਾਈ ਕੋਰਟ ਨੂੰ ਦੱਸਿਆ ਕਿ SIT ਵੱਲੋਂ ਉਹਨਾਂ ਨੂੰ ਭੇਜੇ ਗਏ ਸੰਮਨ ਸਰਾਸਰ ਗਲਤ ਹਨ। ਉਹਨਾਂ ਨੂੰ ਵਾਰ ਵਾਰ ਬੇਲੋੜਾ ਬੁਲਾਇਆ ਜਾ ਰਿਹਾ ਹੈ। ਹੁਣ ਤੱਕ SIT ਨੂੰ ਜਾਂਚ ਵਿੱਚ ਕੁਝ ਨਹੀਂ ਮਿਲਿਆ ਅਤੇ ਇਹ ਸੰਮਨ ਨਜਾਇਜ਼ ਹਨ, ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਅੱਜ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੰਮਨ ਦਾ ਇਹ ਨੋਟਿਸ ਵਾਪਸ ਲਿਆ ਜਾ ਸਕਦਾ ਹੈ। ਇਸ ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਤਰ੍ਹਾਂ ਮਜੀਠੀਆ ਨੂੰ ਅੱਜ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪੰਚਾਇਤ ਹਿਆਲਾ ਵੱਲੋਂ ਆਈਆਂ ਗ੍ਰਾਂਟਾਂ ਵਿੱਚ ਘਪਲਾ ਕਰਨ ਸੰਬੰਧੀ ਕੀਤੀ ਪੜਤਾਲ ਦੇ ਆਧਾਰ 'ਤੇ ਉਕਤ ਦੋਵਾਂ ਮੁਲਜ਼ਮਾਂ ਅਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਨੰਬਰ 13/2017 SBS ਨਗਰ ਦੀ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਸਾਲ 2008 ਤੋਂ ਸਾਲ 2013 ਤੱਕ ਗ੍ਰਾਮ ਪੰਚਾਇਤ ਹਿਆਲਾ ਨੂੰ ਕੁੱਲ 16,45,000 ਰੁਪਏ ਦੀ ਕੁੱਲ 9 ਗ੍ਰਾਂਟਾਂ ਪ੍ਰਾਪਤ ਹੋਈਆਂ ਸਨ। ਇਸ ਸੰਬੰਧੀ ਤਤਕਾਲੀ ਸਰਪੰਚ ਸੁਰਜੀਤ ਸਿੰਘ, ਕਾਰਜਕਾਰੀ ਸਰਪੰਚ ਮੈਂਬਰ ਪੰਚਾਇਤ ਬਖਸ਼ੀਸ਼ ਰਾਮ, ਕਾਰਜਕਾਰੀ ਸਰਪੰਚ ਮੈਂਬਰ ਪੰਚਾਇਤ ਹਰਭਜਨ ਕੌਰ ਅਤੇ ਪੰਚਾਇਤ ਸਕੱਤਰ ਮੁਖਤਿਆਰ ਸਿੰਘ ਨੇ ਇਹਨਾਂ ਗ੍ਰਾਂਟਾਂ ਵਿੱਚੋਂ ਮਜ਼ਦੂਰਾਂ ਨੂੰ ਅਦਾਇਗੀ ਲਈ ਜਾਲੀ ਬਿੱਲ ਰਸੀਦਾਂ ਅਤੇ ਅਧੂਰੀਆਂ ਮਸਟਰ ਰੋਲ ਜਮ੍ਹਾਂ ਕਰਵਾ ਕੇ ਉਕਤ ਗ੍ਰਾਂਟਾਂ ਵਿੱਚ ਬੇਨੀਮੀਆਂ ਕੀਤੀਆਂ ਸਨ। ਉਹਨਾਂ ਨੇ ਦੱਸਿਆ ਕਿ ਪੜਤਾਲ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਅਤੇ ਹੋਰਾਂ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਮਿਤੀ 8/7/2024 ਨੂੰ IPC ਦੀਆਂ ਧਾਰਾਵਾਂ 420, 406, 409, 465, 467, 468, 471, 120B ਅਤੇ 13(1) ਅਤੇ 13(2) ਦੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਕਤ ਦੋਵੇਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਮਾਨਸੂਨ ਸਰਗਰਮ ਹੈ। ਇਸ ਦੇ ਬਾਵਜੂਦ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਬਰਕਰਾਰ ਹੈ। ਇੱਥੇ 30-45 ਡਿਗਰੀ ਤੱਕ ਘੱਟੋ ਘੱਟ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਆਮ ਅਤੇ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਨਾਲ ਮਾਨਸੂਨ ਆਮ ਨਾਲੋਂ ਵੱਧ ਰਹੇਗਾ। ਇਸ ਦੇ ਨਾਲ ਹੀ ਅੱਜ ਵਿਭਾਗ ਨੇ ਹਿਮਾਚਲ ਨਾਲ ਲੱਗਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ 1-7 ਜੁਲਾਈ ਤੱਕ 64% ਜ਼ਿਆਦਾ ਬਾਰਿਸ਼ ਹੋਈ ਹੈ ਅਤੇ ਅੱਜ ਮੌਸਮ ਵਿਭਾਗ ਨੇ
ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇੱਥੇ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਆਮ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਸਮੇਂ ਸਮੇਂ 'ਤੇ ਅਲਰਟ ਜਾਰੀ ਕਰਦਾ ਰਹੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਦੇ ਅਰਥਚਾਰੇ ਅਤੇ ਇਸ ਦੇ ਉਦਯੋਗਿਕ ਮਾਹੌਲ ਨੂੰ ਤਬਾਹ ਕਰਨਾ ਬੰਦ ਕਰਨ ਅਤੇ ਸੂਬੇ ਵਿੱਚ ਕੋਈ ਨਿਵੇਸ਼ ਆਕਰਸ਼ਿਤ ਨਾ ਕਰਕੇ ਇਸ ਦੇ ਭਵਿੱਖ ਨਾਲ ਨਾ ਖੇਡਣ। ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਸਾਲ ਵਿੱਚ ਪੰਜਾਬ ਵਿੱਚ ਨਿਵੇਸ਼ ਵਿੱਚ 85% ਗਿਰਾਵਟ ਦਰਜ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਇਹਨਾਂ ਮਾੜੇ ਹਾਲਾਤਾਂ ਲਈ ਇਕੱਲੇ ਜ਼ਿੰਮੇਵਾਰ ਹਨ। ਅਸੀਂ ਵਾਰ ਵਾਰ ਚੇਤਾਵਨੀਆਂ ਦੇ ਰਹੇ ਸੀ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ, ਗੈਂਗਸਟਰ ਸੱਭਿਆਚਾਰ ਅਤੇ ਰੋਜ਼ਾਨਾ ਫਿਰੌਤੀਆਂ ਅਤੇ ਕਤਲੇਆਮ ਕਾਰਨ ਪੰਜਾਬ ਵਿੱਚ ਉਦਯੋਗ ਹਿਜਰਤ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੇ ਇਹ ਵੀ ਵੇਖਿਆ ਕਿ ਕਿਵੇਂ ਘਰੇਲੂ ਉਦਯੋਗ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿੱਚ ਹਿਜਰਤ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਨਿਵੇਸ਼ ਆਕਰਸ਼ਿਤ ਕਰਨ ਦੀ ਗੱਲ ਤਾਂ ਛੱਡੋ, ਪੰਜਾਬ ਵਿੱਚੋਂ ਪਿਛਲੇ ਸਾਲ ਪੰਜਾਬੀ ਵਪਾਰੀਆਂ ਦਾ 22,000 ਕਰੋੜ ਰੁਪਏ ਦਾ ਵਪਾਰ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਾਲਾਤ ਜਾਣਦੇ ਹਨ ਪਰ ਝੂਠ ਬੋਲ ਕੇ ਆਪਣੀ ਮਾੜੀ ਕਾਰਗੁਜ਼ਾਰੀ 'ਤੇ ਪਰਦਾ ਪਾਉਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਤਾਂ ਇਹ ਵੀ ਦਾਅਵਾ ਕੀਤਾ ਸੀ ਕਿ BMW ਕਾਰ ਕੰਪਨੀ ਪੰਜਾਬ ਵਿੱਚ ਉਤਪਾਦਨ ਪਲਾਂਟ ਲਗਾਏਗੀ, ਜਦੋਂ ਕਿ ਕੰਪਨੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਸੀ। ਕਈ ਵਾਰੀ ਪਰਮਾਤਮਾ, ਚਲੋ ਪਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ 'ਤੇ ਬਿਠਾਉਂਦਾ ਪਰ ਫਿਰ ਪਰਮਾਤਮਾ ਆਪ ਹੀ ਉਹਨਾਂ ਨੂੰ ਐਸੀ ਮੱਤ ਬਖਸ਼ਦਾ ਵੀ ਉਹ ਅਸਤੀਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ। ਫਿਰ ਪਰਮਾਤਮਾ ਕਹਿੰਦਾ ਫਿਰ ਇਹਨੂੰ ਭਗਤ ਨੂੰ ਬਿਠਾਉਣਾ ਜੇ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਵੱਜ ਗਈ ਇਹਨਾਂ ਦੀ, ਫਿਰ ਕੀ ਲੋੜ ਸੀ ਅਸਤੀਫਾ ਦੇਣ ਦੀ? ਮੈਨੂੰ ਦੱਸੋ ਕੀ ਲੋੜ ਸੀ ਅਸਤੀਫਾ ਦੇਣ ਦੀ? ਪਰ ਪਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ, ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ, ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ, ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ। ਅਸੀਂ ਜਜ਼ਬਾਤੀ ਲੋਕ ਹਾਂ, ਅਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕ ਹਾਂ, ਅਸੀਂ ਤਿਕੜਮਬਾਜ਼ ਲੋਕ ਨਹੀਂ ਹੈਗੇ ਵੀ ਸੱਟੇਬਾਜ਼, ਜੂਏਬਾਜ਼, ਫਲਾਨੇਬਾਜ਼। ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕ ਹਾਂ, ਆਓ ਇਕੱਠੇ ਹੋ ਕੇ ਖੁਸ਼ੀਆਂ ਮਾਣੀਏ, ਆਨੰਦ ਮਾਣੀਏ। ਸੋ ਮੈਂ ਇਸ ਮੌਕੇ 'ਤੇ ਅੱਜ ਮੈਨੂੰ ਮੇਰੇ 'ਤੇ ਅੱਧਾ ਘੰਟਾ ਰਹਿ ਗਿਆ ਪ੍ਰਚਾਰ 'ਚ, ਉਹ ਤਾਂ ਚਲੇ ਗਏ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਜਿਹੜੇ ਕਾਂਗਰਸੀ ਅਤੇ ਅਕਾਲੀ ਦੋਨੋਂ ਚਲੇ ਗਏ। ਉਹ ਤਾਂ ਕਹਿੰਦੇ ਬਸ ਸਾਡਾ ਤਾਂ ਕੰਮ ਖਤਮ ਹੋ ਗਿਆ। ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ, ਮੈਂ ਗਲੀਆਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ। ਸੁਖਬੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆ, ਆਪ ਹਾਥੀ ਤੇ ਚੜਿਆ ਫਿਰਦਾ, ਪਤਾ ਹੀ ਨਹੀਂ ਕੀ ਹੋ ਰਿਹਾ। ਦੇਖੋ ਕਹੀਂ ਨਾ ਕਹੀਂ ਜੋ ਅੰਮ੍ਰਿਤਪਾਲ ਲੋਕੋ ਨੇ MP ਚੁਣਾ ਹੈ ਔਰ MP ਕੀ ਵਕਤ ਜਬ ਇਲੈਕਸ਼ਨ ਸੇ ਪਹਿਲੇ ਵੀ ਆਪ ਓਥ ਲੈਤੇ ਹੈ ਦੇਸ਼ ਕੇ ਲੀਏ, ਆਪਣੇ ਸੰਵਿਧਾਨ ਕੇ ਲੀਏ, ਵੋ ਵੀ ਲੀ ਔਰ ਉਸਕੇ ਬਾਅਦ ਵੋ 5 ਤਰੀਕ ਕੋ ਅੰਮ੍ਰਿਤਪਾਲ ਸ਼ਬਦ ਲੈ ਕੇ ਗਏ ਹੈ ਆਪਣੇ ਸੰਵਿਧਾਨ ਔਰ ਕੋਨਸਟੀਟਿਊਸ਼ਨ ਕੀ, ਵਹੀ ਬਾਤ ਉਨਕੀ ਮਾਤਾ ਜੀ ਨੇ ਕਹੀ ਹੈ ਵੀ ਉਹਨਾਂ ਨੇ ਜੋ ਕੋਨਸਟੀਟਿਊਸ਼ਨ ਸੰਵਿਧਾਨ ਕੀ ਓਥ ਲੀ ਹੈ
तो वो अपने देश का और पंजाब का ही भला करेंगे, उससे किसी खालिस्तान का भला थोड़ी उन्होंने करना है या खालिस्तान की थोड़ी बात करनी है। तो यही बात कही है, इसमें कई शक्तियां हैं जो पीछे से मेरी ख्याल से फैमिली के ऊपर भी और जो भी हैंडल कर रहे हैं ये उनके ऊपर भी कहीं ना कहीं प्रेशर है, वो दिखाई दे रहा है। तो मैं तो यही कहूँगा, उनके माता जी बहुत उन्होंने अच्छी बात की है, हमें उनको सपोर्ट करनी चाहिए। और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए। तो मुझे लग रहा था भी कहीं ना कहीं जब उन्होंने दोबारा बात की है उनके ऊपर प्रेशर था, उनकी आवाज़ में ये झलक आ रही थी भी उनके ऊपर कोई ना कोई दबाव है जो बीच से डाला जा रहा है। लेकिन लोगों ने वोट देश के कानून के हिसाब से डाली है वोट, और उन्होंने जो अपनी ओथ ली है वो उन्होंने देश के कानून और संविधान के माध्यम से ली। नहीं जी नहीं, मैं तो जदों कांग्रेस सी उदों मैनू उदों भी मेमोरेंडम दिंदे सी, मैं जाके हमेशा आवाज़ उठाई आ। सवा साल मैं किसानों के लिए आप किसान आ, मैं धरने पर बैठा रहा मेरे, मैं तो आप उन्होंने हमेशा ये गल कही है भी मैं उन्हों की आवाज़ बन के आप उन्हों की आवाज़ उठाऊँगा हर जगह। इस करके बिल्कुल वो बेशक कांग्रेस नूं देण, अकाली दल नूं देण, आम आदमी नूं जिन्हों मर्जी देण, पर असी किसान हाँ, किसानों के नाल हाँ ते उन्हां दे इशू आ। मैं तो पहला कहा भी मैं बिच बैठा इस वेले सरकार दे विच, ते मेरे नाल मैं जिथे मैनू बुलाउण मैं आउण नूं तैयार हाँ, जिथे वो चाहण मैनू मिलण, क्योंकि कल्ले लीडर नहीं बाकी जिहड़े सारे किसान ने उह साडे रिश्तेदार ने, रोज़ एक दूजे नूं असीं मिलदे हाँ, अज वी मैनू मिले आ। अज बड़ा वड्डा एक इशू सीगा ਜਿਹੜਾ ਮੁਕਤਸਰ ਜ਼ਿਲ੍ਹੇ 'ਚ ਕਿਤੇ ਪੋਟਾਸ਼ ਜਿਹੜੀ ਆ ਉਹ ਥੱਲੇ ਉਹਦਾ ਸਰਵੇ ਹੋਇਆ ਹੈ, ਥੱਲੇ ਉਹ ਕਿਤੇ ਲੱਭੀ ਆ, ਅਤੇ ਉੱਥੇ ਦੇ ਕਿਸਾਨਾਂ 'ਚ ਇੱਕ ਬੜਾ ਵੱਡਾ ਸਹਿਮ ਦਾ ਮਾਹੌਲ ਆ ਵੀ ਇਹ ਕਿਤੇ ਜ਼ਮੀਨ 'ਚ ਕੱਲ੍ਹ ਨੂੰ ਕੋਈ ਐਕਵਾਇਰ ਨਾ ਹੋ ਜੇ, ਉਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਕੋਈ ਰਾਹ ਨਹੀਂ ਪਾ ਰਹੀ ਸੀ। ਮੈਂ ਤਾਂ ਅੱਜ ਹੀ ਉਹਨਾਂ ਨੂੰ ਮਿਲ ਕੇ ਇਹ ਗੱਲ ਕੀਤੀ ਆ ਵੀ ਬਿਲਕੁਲ ਇਸ ਬਾਰੇ ਚਾਹੇ ਮਾਈਨਿੰਗ ਵਿਭਾਗ ਹੋਵੇ ਚਾਹੇ ਹੋਰ ਕੋਈ ਹੋਵੇ ਡਟ ਕੇ ਉਹਨਾਂ ਨਾਲ ਗੱਲ ਕਰਾਂਗੇ, ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ। ਜਿੰਨੇ ਵੀ ਮੁਕਤਸਰ ਦੇ 3 ਪਿੰਡਾਂ 'ਚ ਹਜੇ ਇਹ ਗੱਲ ਚੱਲ ਰਹੀ ਆ, ਉਹਨਾਂ ਦੀ ਜ਼ਮੀਨ ਆ ਜਿਹੜੀ ਉਹ ਕਿਸੇ ਨੂੰ ਵੀ ਕਿਸਾਨਾਂ ਦੇ ਹੁਕਮ ਤੋਂ ਬਗੈਰ ਉਹਨਾਂ ਵੱਲ ਝਾਕਣ ਨਹੀਂ ਦਿੱਤਾ ਜਾਊਗਾ। ਅਤੇ ਅੱਗੇ ਵੀ ਕਿਉਂਕਿ 5 ਸਾਲ ਲਈ BJP ਸਰਕਾਰ ਆ ਜਿਹੜੀ ਉਹ ਦੇਸ਼ ਦੀ ਸਰਕਾਰ ਆ ਉਹ ਬਣ ਚੁੱਕੀ ਆ, ਅਤੇ ਜਿਹੜੀ ਵੀ ਗੱਲਬਾਤ ਕਰਨੀ ਆ ਉਹ ਸਰਕਾਰ ਨਾਲ ਹੀ ਕਰਨੀ ਆ। ਮੈਂ ਉਹਨਾਂ ਦਾ ਆਪਦਾ ਇੱਕ ਭਰਾ ਹੈ, ਮੈਂ ਉਹਨਾਂ ਦਾ ਆਪਦਾ ਇੱਕ ਬੱਚਾ ਹੈ, ਅਤੇ ਮੈਂ ਡਟ ਕੇ ਉਹਨਾਂ ਦੀ ਗੱਲ ਕਰੂੰਗਾ। ਮੈਂ ਦੇਖੋ ਮੈਂ ਆਪਦੀ ਗੱਲ ਨਹੀਂ ਕਰਦੀ, ਪਰ ਮੈਂ SGPC ਨੂੰ ਇਹ ਇੱਕ ਗੱਲ ਦੀ ਬੇਨਤੀ ਕਰਨਾ ਚਾਹੁੰਦੀ ਹੈ ਕਿ ਦੇਖੋ ਭਾਈ, SGPC ਹੈ ਜਿਹੜੀ ਉਹ ਧਰਮ ਨਿਰਪੱਖ ਹੋ ਕੇ ਗੱਲ ਕਰੇ, ਬਾਦਲਾਂ ਦੀ ਨਹੀਂ। SGPC ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੋਈ ਸਟੇਟਮੈਂਟ ਦਿਆ ਕਰੋ, ਤੁਸੀਂ ਬਾਦਲਾਂ ਦੇ ਇਨਫਲੂਐਂਸ ਦੇ ਵਿੱਚ SGPC ਹੋ ਕੇ ਸਟੇਟਮੈਂਟ ਦਿੰਦੀ ਚੰਗੀ ਨਹੀਂ ਲੱਗਦੀ, ਔਰ ਜਿੰਨੇ ਦੁਨੀਆ ਦੇ ਸਿੱਖ ਹੈ ਉਹ SGPC ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕਰਦੇ। ਔਰ ਮੈਨੂੰ ਇਹ ਸਟੇਟਮੈਂਟ ਦਾ ਨਹੀਂ ਪਤਾ ਜੋ ਰਾਹੁਲ ਜੀ ਨੇ ਕਿਹਾ, ਪਰ ਮੈਂ ਵੈਸੇ ਇੱਕ SGPC ਨੂੰ ਇਹ ਗੱਲ ਦੀ ਬੇਨਤੀ ਕਰਨਾ ਚਾਹੁੰਦੀ ਹੈ ਕਿ ਬਾਦਲਾਂ ਤੋਂ ਪਾਸੇ ਹੋ ਕੇ ਨਿਰਪੱਖਤਾ ਦੇ ਨਾਲ ਸਟੇਟਮੈਂਟ ਦਿੰਦੇ ਤੁਸੀਂ ਚੰਗੇ ਲੱਗਦੇ ਹੋ। ਧੰਨਵਾਦ। ਜੀ ਜੀ ਬਿਲਕੁਲ, ਇੱਕ ਸ਼ਰੇਆਮ ਕਤਲ ਕਰ ਦਿੱਤਾ ਗਿਆ। ਮੈਂ ਆਮ ਆਦਮੀ ਪਾਰਟੀ ਦੀ ਸਾਰੀ ਹਾਂਜੀ ਕੋਸ਼ਿਸ਼ ਕੀਤੀ ਗਈ ਸਿੰਘਾਂ ਵੱਲੋਂ। ਗੱਲ ਇਹ ਹੈ ਕਿ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹੈ ਕਿ ਸਾਰੀ ਦੀ ਸਾਰੀ ਸਰਕਾਰ ਨੇ ਡੇਰੇ ਲਾਏ ਹੋਏ ਆ ਜਲੰਧਰ ਦੇ ਵਿੱਚ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਕਿ ਬਾਕੀ ਵੀ ਸਾਰਾ ਪੰਜਾਬ ਹੈਗਾ ਜਿਹੜਾ ਤੁਸੀਂ ਦੇਖਣਾ ਹੈ, ਇਕੱਲਾ ਜਲੰਧਰ ਨਹੀਂ ਵੇਖਣਾ। ਜਲੰਧਰ ਦੀ ਚੋਣ 10 ਤਰੀਕ ਨੂੰ ਹੋਣ ਜਾ ਰਹੀ ਹੈ, ਤੁਸੀਂ ਸਾਰਾ ਪੰਜਾਬ ਇਗਨੋਰ ਕਰਕੇ ਤੁਸੀਂ ਸਾਰੇ ਬਿਊਰੋਕਰੇਸੀ, ਸਾਰੇ ਮੰਤਰੀ, ਸਾਰੀ ਸਰਕਾਰ ਦੇ ਜਿੰਨੇ ਕਾਰਜਕਾਲ ਦੇ ਵਿੱਚ ਇਹਨੇ ਕੰਮ ਕਰਦੇ ਲੋਕ ਹੈ ਉਹ ਸਾਰੇ ਜਲੰਧਰ ਦੇ ਵਿੱਚ ਆ ਕੇ ਬੈਠੇ ਹੈ। ਮੇਰੀ ਬੇਨਤੀ ਹੈ ਹੱਥ ਬੰਨ ਕੇ, ਤੁਸੀਂ ਦੇਖੋ ਕਿੱਡਾ ਖਤਰਨਾਕ ਵਾਕਿਆ ਵਾਪਰ ਜਾਣਾ ਸੀ,
ਲੁਧਿਆਣੇ ਦੇ ਵਿੱਚ ਔਰ ਮਸਾਂ ਉਸ ਇਨਸਾਨ ਦੀ ਜਾਨ ਬਚੀ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਬਾਕੀ ਪੰਜਾਬ ਦੇ ਵੱਲ ਧਿਆਨ ਦੇਣ ਦੀ ਲੋੜ ਹੈ। ਮੈਂ ਸਾਰੀ ਮੁੱਖ ਮੰਤਰੀ ਸਾਹਿਬ ਨੂੰ ਅਤੇ ਸਾਰੇ ਇਹਨਾਂ ਦੀ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਾਂਗੀ। ਜਲੰਧਰ ਵੈਸਟ ਦੀ ਚੋਣਾਂ ਜਿੱਤਣ ਨੂੰ ਪੂਰੀ ਜੱਦੋਜਹਿਦ ਕੀਤੀ ਜਾ ਰਹੀ ਹੈ, ਖੁਦ ਸੀਐਮ ਵੀ ਜਲੰਧਰ ਦੇ ਵਿੱਚ ਆ ਕੇ ਬੈਠ ਗਏ ਆ, ਕੀ ਰਣਨੀਤੀ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਕਰ ਰਹੀ ਹੋ? ਇੱਕੋ ਹੀ ਰਣਨੀਤੀ ਹੈ ਜੀ, ਪਿਛਲੇ 2.5 ਸਾਲ ਕੋਈ ਕੰਮ ਨਹੀਂ ਕੀਤਾ, ਇਹਨਾਂ 20 ਦਿਨਾਂ ਦੇ ਵਿੱਚ ਚੋਣ ਜਿੱਤਣਾ ਚਾਹੁੰਦੇ, ਆਹ ਰਣਨੀਤੀ ਹੈ। ਮੈਨੂੰ ਬਹੁਤ ਹੀ ਚੰਗਾ ਲੱਗਦਾ ਜੇ ਇਹ ਸਟੇਟਮੈਂਟ ਸੱਚ ਹੁੰਦੀ। 2.5 ਸਾਲ ਹੋ, 3 ਸਾਲ ਹੋ ਗਏ ਸਰਕਾਰ ਨੂੰ ਆਇਆਂ ਨੂੰ, 3 ਸਾਲਾਂ ਦੇ ਵਿੱਚ ਤਾਂ ਕੁਛ ਹੋਇਆ ਨਹੀਂ। 3 ਸਾਲਾਂ ਦੇ ਵਿੱਚ ਤਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਿਆ, ਜਲੰਧਰ ਦੇ ਵਿੱਚ ਸੜਕਾਂ ਨਹੀਂ ਬਣ ਸਕੀਆਂ, ਅਤੇ ਇਹ ਕਿਵੇਂ ਟੂਰਿਜ਼ਮ ਹੱਬ ਬਣ ਜੂਗਾ? ਯੂ ਨੋ, ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਸਿਆਣੇ ਆ ਲੋਕ, ਉਹਨਾਂ ਨੂੰ ਸਭ ਪਤਾ ਸੱਚਾਈ ਕੀ ਹੈ।